ਤੇ ਫਾਈਨਲੀ ਦੋਸਤੋ ਅੱਜ ਗੱਲ ਕਰਦੇ ਹਾਂ ਅਰਦਾਸ ਸਰਬੱਤ ਦੇ ਭਲੇ ਦੀ ਬੌਕਸ ਆਫਿਸ ਕਲੈਕਸ਼ਨ ਦੀ ਜਿਸ ਦਾ ਵੀਕਐਂਡ ਮੁਕੰਮਲ ਹੋ ਗਿਆ। ਤੁਹਾਨੂੰ ਦੱਸੀਏ ਕਿ ਇਸ ਮੂਵੀ ਨੂੰ 3 ਦਿਨਾਂ ਦਾ ਵੀਕਐਂਡ ਮਿਲਿਆ ਸੀ ਜਦਕਿ ਮੂਵੀ ਨੂੰ ਸਿਨੇਮਿਆਂ ਦੇ ਅੰਦਰ ਲੱਗੀਆਂ ਹੋਈਆਂ ਹੋ ਗਏ ਨੇ ਪੂਰੇ 4 ਦਿਨ। ਤੇ ਚਲੋ ਦੇਖਦੇ ਹਾਂ ਇਸ ਫਿਲਮ ਨੇ ਡੇ ਵਾਈਜ਼ ਆਪਣੇ ਵੀਕਐਂਡ ਦੇ ਉੱਤੇ ਕਿਤਨਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ ਇੰਡੀਆ 'ਚੋਂ, ਔਰ ਆਵਰਸ 'ਚ ਇੱਕ ਐਸਟੀਮੇਟਿਡ ਹੀ ਹੈ, ਕਨਫਰਮ ਰਿਪੋਰਟ ਨਹੀਂ ਹੈ ਆਈ। ਤੇ ਚਲੋ ਦੇਖਦੇ ਹਾਂ ਇੰਡੀਆ ਦਾ ਬੌਕਸ ਆਫਿਸ ਕਲੈਕਸ਼ਨ, ਫਿਰ ਇੱਕ ਐਸਟੀਮੇਟਿਡ ਕਲੈਕਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਕਿ ਓਵਰਸੀਜ਼ ਦੇ ਵਿੱਚੋਂ ਮਿਲਿਆ ਹੈ। ਤੁਹਾਨੂੰ ਦੱਸੀਏ ਕਿ ਮੂਵੀ ਦਾ ਰਿਵਿਊ ਬਹੁਤ ਸ਼ਾਨਦਾਰ ਆਇਆ ਔਰ IMDB ਦੇ ਉੱਤੇ ਇਸਦੀ 8.3/10 ਦੇ ਵਿੱਚੋਂ ਰੇਟਿੰਗ ਆ ਰਹੀ ਹੈ। ਬਹੁਤ ਹੀ ਵਧੀਆ ਰੇਟਿੰਗ ਹੈ ਔਰ ਬਹੁਤ ਇਮੋਸ਼ਨਲ ਮੂਵੀ ਦੱਸੀ ਜਾ ਰਹੀ ਹੈ, ਖਾਸ ਤੌਰ 'ਤੇ ਪ੍ਰਿੰਸ ਕਵਲਜੀਤ ਸਾਹਿਬ ਦੀ ਅਦਾਕਾਰੀ ਔਰ ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਸਾਹਿਬ ਦੀ ਅਦਾਕਾਰੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਮੂਵੀ ਦੇ ਅਗਰ ਇੰਡੀਆ ਦੇ ਓਪਨਿੰਗ ਡੇ ਦੀ ਗੱਲ ਕਰੀਏ, ਸਾਨੂੰ ਦੱਸੀਏ ਇਸ ਫਿਲਮ ਨੇ 95 ਲੱਖ ਰੁਪਏ ਦਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ ਇੰਡੀਆ ਦੇ ਉੱਤੋਂ ਆਪਣੇ ਓਪਨਿੰਗ ਡੇ ਦੇ ਉੱਤੇ। ਅਤੇ ਆਪਣੇ ਸੈਕਿੰਡ ਡੇ ਦੇ ਉੱਤੇ ਇਸ ਫਿਲਮ ਨੇ 1.5 ਕਰੋੜ ਰੁਪਏ ਦਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ ਸੈਟਰਡੇ ਵਾਲੇ ਦਿਨ, ਔਰ ਸੰਡੇ ਵਾਲੇ ਦਿਨ ਇਸ ਫਿਲਮ ਨੇ ਥੋੜ੍ਹਾ ਹੋਰ ਉੱਪਰ ਜੰਪ ਮਾਰਿਆ ਹੈ ਔਰ ਇਸ ਫਿਲਮ ਨੇ 2.10 ਕਰੋੜ ਰੁਪਏ ਦਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਇਸ ਤਰ੍ਹਾਂ ਟੋਟਲ ਜਮ੍ਹਾਂ ਕਰੀਏ ਅਗਰ ਇੰਡੀਆ ਦਾ ਬੌਕਸ ਆਫਿਸ ਕਲੈਕਸ਼ਨ, ਤੁਹਾਨੂੰ ਦੱਸੀਏ ਇਸ ਫਿਲਮ ਨੇ ਵੀਕਐਂਡ ਦੇ ਉੱਤੇ 3 ਦਿਨਾਂ ਦੇ ਅੰਦਰ ਇੰਡੀਆ ਦੇ ਅੰਦਰੋਂ 4.55 ਕਰੋੜ ਰੁਪਏ ਦਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ। ਜਦਕਿ ਇਸ ਫਿਲਮ ਦਾ ਜਿਹੜਾ ਬਜਟ ਹੈ ਉਹੀ ਸਾਹਮਣੇ ਆ ਚੁੱਕਿਆ ਹੈ, ਇਸ ਮੂਵੀ ਦਾ ਬਜਟ ਹੈ ਓਨਲੀ ਫਾਰ 5 ਕਰੋੜ ਰੁਪਈਆ। ਇਸ ਨੂੰ ਦੇਖਦੇ ਹੋਏ ਮੂਵੀ ਆਪਣਾ ਬਜਟ ਪੂਰਾ ਕਰਨ ਲਈ ਥੋੜ੍ਹੀ ਹੀ ਦੂਰ ਰਹਿ ਗਈ ਹੈ, ਓਨਲੀ ਫਾਰ 45 ਲੱਖ ਰੁਪਏ ਤੋਂ ਦੂਰ ਹੈ। ਇਹਨਾਂ ਨੇ ਮੂਵੀ ਵੀ ਬਲਾਕਬਾਸਟਰ ਹੋ ਜਾਵੇਗੀ। ਅਗਰ ਓਵਰਸੀਜ਼ ਦੀ ਗੱਲ ਕਰੀਏ ਤਾਂ ਓਵਰਸੀਜ਼ ਦੀ ਰਿਪੋਰਟ ਕਨਫਰਮ ਨਹੀਂ ਹੈ ਆਈ, ਲੇਕਿਨ ਜਿਹੜੇ ਪਾਸਿਓਂ ਹੀ ਇਤਲਾਹਤ ਆ ਰਹੀਆਂ ਨੇ ਇਹੀ ਸਮਝ ਚੱਲ ਰਹੀ ਹੈ ਕਿ ਸਿਨੇਮਿਆਂ ਦੇ ਅੰਦਰ ਬਹੁਤ ਅੱਛਾ ਰਸ਼ ਚੱਲ ਰਿਹਾ ਹੈ ਅਰਦਾਸ 3 ਨੂੰ ਲੈ ਕੇ। ਮੇ ਬੀ ਇਸ ਫਿਲਮ ਦਾ 3 ਦਿਨਾਂ ਦਾ ਵੀਕਐਂਡ ਹੈ 10 ਕਰੋੜ ਰੁਪਏ ਦੇ ਕਰੀਬ ਓਵਰਸੀਜ਼ ਦੇ ਅੰਦਰੋਂ ਇਹ ਫਿਲਮ ਕਰਨ ਦੇ ਵਿੱਚ ਕਾਮਯਾਬ ਹੋਈ, ਲੇਕਿਨ ਮੈਂ ਕੋਈ ਵੀ ਝੂਠਾ ਦਾਵਾ ਨਹੀਂ ਕਰਾਂਗਾ। ਜੈਸੇ ਹੀ ਕੋਈ ਕਨਫਰਮ ਰਿਪੋਰਟ ਆਏਗੀ ਤੁਹਾਨੂੰ ਅਗਲੇ ਵੀ ਕਿਸੇ ਵੀਡੀਓ ਦੇ ਵਿੱਚ ਮੈਂ ਜ਼ਰੂਰ ਦੱਸ ਦੇਵਾਂਗਾ ਕਿ ਵਰਲਡ ਵਾਈਡ ਇਸ ਫਿਲਮ ਨੇ ਕਿਤਨਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ। ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਆਪਣਾ ਅਤੇ ਆਪਣੀ ਫੈਮਿਲੀ ਦਾ ਬਹੁਤ ਬਹੁਤ ਖਿਆਲ ਰੱਖਣਾ ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ।